देखो हरियाणा सरकार को मैं समझना बदोबदी कलेश खड़ा नहीं करना चाहिए गवाड़ दे विच पंजाब ते हरियाणे दे आपसी संबंध चंगे ने। हरियाणा सरकार को मैं सलाह दवांगा कि उन्होंने बदोबदी कलेश खड़ा नहीं करना चाहिए घर के अगे उन्होंने पंचकूले दे विच जमीन मतलब है उन्होंने कोल ते उत्थे विधानसभा बना लैनी चाहिए आ। ਜਿਵੇਂ ਕਹਿੰਦੇ ਅੱਗ ਲੈਣ ਗਈ ਤੇ ਚੁੱਲ੍ਹੇ ਦੀ ਮਾਲਕ ਬਣ ਬੈਠੀ ਉਹ ਕੰਮ ਹੋਇਆ ਹੋਇਆ ਸਾਡੇ ਨਾਲ ਇਸ ਕਰਕੇ ਹਰਿਆਣੇ ਨੂੰ ਜ਼ਮੀਨ ਦੇਣਾ ਬਿਨਾਂ ਪੰਜਾਬ ਨੂੰ ਭਰੋਸੇ ਵਿੱਚ ਲਏ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਬਹੁਤ ਵੱਡਾ ਧੱਕਾ ਹੋਏਗਾ। ਹਰਿਆਣਾ ਤਾਂ ਆਪ ਜ਼ਮੀਨਾਂ ਖੋਲ੍ਹ ਨਹੀਂ ਸਕਿਆ ਤੇ ਫਿਰ ਪੰਜਾਬ ਕਿਵੇਂ ਖੋਲ੍ਹੇਗਾ? ਇਹ ਤਾਂ ਅਰਾਜਕਤਾ ਫੈਲ ਜਾਏਗੀ, ਇਹ ਤਾਂ ਹਫੜਾ ਦਫੜੀ ਫੈਲ ਜਾਏਗੀ। ਹਰਿਆਣਾ ਸਰਕਾਰ ਨੂੰ ਮੈਂ ਸਮਝਦਾ ਬਦੋਬਦੀ ਕਲੇਸ਼ ਖੜਾ ਨਹੀਂ ਕਰਨਾ ਚਾਹੀਦਾ ਗਵਾਂਢ ਦੇ ਵਿੱਚ। ਪੰਜਾਬ ਤੇ ਹਰਿਆਣੇ ਦੇ ਆਪਸੀ ਸਬੰਧ ਚੰਗੇ ਨੇ ਔਰ ਇੱਕ ਦੂਜੇ ਨਾਲ ਸਾਡੀਆਂ ਸਾਂਝਾਂ ਨੇ ਤੇ ਇਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਜ਼ਮੀਨ ਲੈ ਕੇ ਕਿਹੜੇ ਚੰਗੀ ਵਿਧਾਨ ਸਭਾ ਬਣਾ ਸਕਦੇ ਨੇ, ਪੰਚਕੂਲੇ ਵਿੱਚ ਵੀ ਬਣ ਸਕਦੀ ਆ। ਹਰਿਆਣਾ ਸਰਕਾਰ ਨੂੰ ਮੈਂ ਸਲਾਹ ਦੇਵਾਂਗਾ ਕਿ ਉਹਨਾਂ ਨੂੰ ਬਦੋਬਦੀ ਕਲੇਸ਼ ਖੜਾ ਨਹੀਂ ਕਰਨਾ ਚਾਹੀਦਾ ਘਰ ਦੇ ਅੱਗੇ। ਉਹਨਾਂ ਨੂੰ ਪੰਚਕੂਲੇ ਦੇ ਵਿੱਚ ਜ਼ਮੀਨ ਮਤਲਬ ਹੈ ਉਹਨਾਂ ਕੋਲ ਤੇ ਉੱਥੇ ਵਿਧਾਨ ਸਭਾ ਬਣਾ ਲੈਣੀ ਚਾਹੀਦੀ ਆ ਤੇ ਗਵਰਨਰ ਪੰਜਾਬ ਭਾਵੇਂ ਟੈਕਨੀਕਲ ਤੌਰ 'ਤੇ ਕਾਨੂੰਨੀ ਤੌਰ 'ਤੇ ਚੀਫ ਐਡਮਿਨਿਸਟ੍ਰੇਟਰ ਨੇ ਚੰਡੀਗੜ੍ਹ ਦੇ, ਪਰ ਸਹੀ ਮਾਇਨਿਆਂ ਵਿੱਚ ਚੰਡੀਗੜ੍ਹ ਜਿਹੜੀ ਆ ਪੰਜਾਬ ਦਾ ਹਿੱਸਾ ਹੈ, ਅਸਲੀਅਤ ਇਹ ਆ। ਕਿਉਂਕਿ ਜਿਸ ਫਾਰਮੂਲੇ ਤਹਿਤ ਪੰਜਾਬ ਹਰਿਆਣੇ ਦੀ ਵੰਡ ਹੋਈ ਉਹ ਫਾਰਮੂਲੇ ਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ, ਇਹ ਤਾਂ ਵਕਤੀ ਤੌਰ 'ਤੇ ਚੰਡੀਗੜ੍ਹ ਜਿਹੜਾ ਹੈ ਯੂਟੀ ਬਣਾਇਆ ਸੀ। ਜਿਵੇਂ ਕਹਿੰਦੇ ਅੱਗ ਲੈਣ ਗਈ ਤੇ ਚੁੱਲ੍ਹੇ ਦੀ ਮਾਲਕ ਬਣ ਬੈਠੀ ਉਹ ਕੰਮ ਹੋਇਆ ਹੋਇਆ ਸਾਡੇ ਨਾਲ ਤੇ ਇਸ ਕਰਕੇ ਹਰਿਆਣੇ ਨੂੰ ਜ਼ਮੀਨ ਦੇਣਾ ਬਿਨਾਂ ਪੰਜਾਬ ਨੂੰ ਭਰੋਸੇ ਵਿੱਚ ਲਏ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਬਹੁਤ ਵੱਡਾ ਧੱਕਾ ਹੋਏਗਾ, ਬਹੁਤ ਵੱਡਾ ਨਿਆਂ ਹੋਏਗਾ। ਪੰਜਾਬ ਨਾਲ ਪਹਿਲਾਂ ਵੀ ਬੜੇ ਆਜ਼ਾਦ ਭਾਰਤ ਧੱਕੇ ਹੋਏ ਨੇ, ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸੂਬਾ ਨਹੀਂ ਬਣਾਇਆ, ਬਾਕੀ ਸਾਰੀਆਂ ਭਾਸ਼ਾਵਾਂ ਦੇ ਆਧਾਰ 'ਤੇ ਸੂਬੇ ਬਣਾ ਤੇ, ਮੋਰਚੇ ਲਾ ਕੇ ਫਿਰ ਸਾਨੂੰ ਸੂਬਾ ਬਣਾਉਣਾ ਪਿਆ, ਫਿਰ ਸਾਨੂੰ ਪੰਜਾਬੀ ਬੋਲਦੇ ਇਲਾਕੇ ਨਹੀਂ ਰਹੇ ਜਿਹੜੇ ਬਣਦੇ ਸੀ ਸਾਡੇ ਕਰਨਾਲ ਤੱਕ ਦੇ, ਕੁਰਸੇਤਰ ਤੱਕ ਦੇ, ਕੈਥਲ ਵਰਗੇ, ਜੀਰ ਵਰਗੇ ਇਲਾਕੇ। ਦੂਜਾ ਫਿਰ ਰਾਜਧਾਨੀ ਬਿਲਕੁਲ ਅਜੇ ਹੁਣ ਕੈਪਚਰ ਕਰੀ ਬੈਠੇ ਹਾਂ, ਧੱਕੇ ਨਾਲ ਰੱਖੀ ਬੈਠੇ ਹਾਂ, ਵਕਤੀ ਤੌਰ 'ਤੇ ਲਈ ਸੀ ਅਤੇ ਉਹਦੇ 'ਤੇ ਹੁਣ ਯੂਟੀ ਨੂੰ ਬਣਾਈ ਬੈਠੇ ਹਾਂ ਪੱਕਾ ਹੀ ਚੰਡੀਗੜ੍ਹ ਨੂੰ। ਸੋ ਇਸ ਤਰ੍ਹਾਂ ਦੇ ਪਾਣੀਆਂ ਦੀ ਵੰਡ 'ਤੇ ਬੜਾ ਵੱਡਾ ਧੱਕਾ ਹੋਇਆ। ਦੁਨੀਆਂ ਦਾ ਰਾਹ, ਦੁਨੀਆਂ ਦੇ ਕਾਨੂੰਨ ਨੇ ਰਿਪੇਰੀਅਨ ਲਾ ਅਤੇ ਉਹਦੇ ਤਹਿਤ ਪਾਣੀਆਂ ਦੀ ਵੰਡ ਹੁੰਦੀ ਰਹੀ ਆ, ਪਰ ਪੰਜਾਬ ਤੋਂ ਉਹਦੇ 'ਤੇ ਇਗਨੋਰ ਕਰਤਾ। ਸੋ ਇਸ ਕਰਕੇ ਇਹ ਜਿਹੜਾ ਧੱਕਾ ਬਹੁਤ ਵੱਡਾ ਹੋਏਗਾ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਅਸੀਂ ਕਹਾਂਗੇ ਕਿ ਉਹ ਇਹ ਧੱਕੇ ਦੇ ਵਿੱਚ ਹਿੱਸੇਦਾਰ ਨਾ ਬਣਨ ਔਰ ਅਸਲੀਅਤ ਭਾਵੇਂ ਉਹਨਾਂ ਨੂੰ ਕਾਨੂੰਨੀ ਅਤੇ ਤਕਨੀਕੀ ਤੌਰ 'ਤੇ ਹੱਕ ਹੈ, ਪਰ ਅਸਲੀਅਤ ਜਿਹੜੀ ਹੈ ਪ੍ਰੈਕਟੀਕਲ ਤੌਰ 'ਤੇ ਜਿਹੜਾ ਹੈ, ਇਖਲਾਕੀ ਤੌਰ 'ਤੇ ਜਿਹੜਾ ਹੈ, ਉਹ ਪੰਜਾਬ ਦਾ ਹਿੱਸਾ ਹੈ ਚੰਡੀਗੜ੍ਹ, ਉਹਨੂੰ ਕਿਸੇ ਤਰ੍ਹਾਂ ਵੀ ਮਤਲਬ ਇਗਨੋਰ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਉਹਦੇ 'ਚ ਪੰਜਾਬ ਦੇ ਜ਼ਖਮ ਅਤੇ ਲੂਣ ਛਿੜਕਣ ਵਾਲੀ ਗੱਲ ਹੋਏਗੀ, ਬਲਦੀ 'ਤੇ ਤੇਲ ਪਾਉਣ ਵਾਲੀ ਗੱਲ ਹੋਏਗੀ। ਦੇਖੋ ਪੰਜਾਬ ਸਰਕਾਰ ਨੇ ਜਿਹੜਾ ਪਿਛਲੇ ਦਿਨੀ ਫੈਸਲਾ ਕੀਤਾ, ਮਸਤਰਕਾ ਜੁਮਲਾ ਮਾਲਕਾਂ ਨਾਲ ਜ਼ਮੀਨਾਂ ਸਰਕਾਰ ਨੇ ਕਬਜ਼ੇ 'ਚ ਕਰਨ ਦਾ ਫੈਸਲਾ ਕਰਤਾ, DC ਨੂੰ ਚਿੱਠੀਆਂ ਲਿਖਤੀਆਂ ਅਤੇ ਮਾਲਕਾਂ ਤੋਂ ਜ਼ਮੀਨ ਖੋਹ ਕੇ ਸਰਕਾਰ ਆਪਣੇ ਨਾਂ ਕਰਾਉਣ ਲੱਗੀ ਆ, ਇਹ ਤਾਂ ਵਿਧਾਨਕ ਹੱਕਾਂ 'ਤੇ ਡਾਕਾ, ਇਹ ਤਾਂ ਸ਼ਰੇਆਮ ਮਾਲਕ ਨੂੰ ਉਜਾੜਨ ਵਾਲੀ ਗੱਲ ਆ, ਇਹ ਤਾਂ ਦੇਸ਼ ਦਾ ਕਾਨੂੰਨ, ਦੇਸ਼ ਦਾ ਵਿਧਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਪਰ ਅਫਸੋਸ ਇਸ ਗੱਲ ਦਾ ਕਿ ਹਰਿਆਣਾ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਮੁਸ਼ਤਰਕਾ ਜੁਮਲਾ ਮਾਲਕਾਂ ਨਾਲ ਜਿਹੜਾ ਹੈ ਮਾਲਕੀ ਦਾ ਹੱਕ ਖੋਹ ਰਹੀ ਆ, ਪਰ ਹਰਿਆਣੇ ਵਾਲੇ ਤਾਂ ਆਪ ਸੁਪਰੀਮ ਕੋਰਟ ਦੇ ਫੈਸਲੇ 'ਤੇ ਰਿਵਿਊ ਪਟੀਸ਼ਨ ਪਾਉਣ ਲੱਗੇ ਨੇ। ਹਰਿਆਣਾ ਤਾਂ ਆਪ ਜ਼ਮੀਨਾਂ ਖੋਲ੍ਹ ਨਹੀਂ ਸਕਿਆ ਅਤੇ ਫਿਰ ਪੰਜਾਬ ਕਿਵੇਂ ਖੋਲ੍ਹੇਗਾ? ਇਹ ਤਾਂ ਅਰਾਜਕਤਾ ਫੈਲ ਜਾਏਗੀ, ਇਹ ਤਾਂ ਹਫੜਾ ਦਫੜੀ ਫੈਲ ਜਾਏਗੀ, ਅਦਾਲਤਾਂ ਦੇ ਚੱਕਰਾਂ 'ਚ ਲੋਕਾਂ ਦੇ ਪੈਸੇ ਖਰਚਾਉਣੇ ਔਰ ਲੋਕਾਂ ਨੂੰ ਆਪਸ ਵਿੱਚ ਸਿੱਧੇ ਤੌਰ 'ਤੇ ਲੜਾਈ ਝਗੜੇ ਹੋਣਗੇ, ਵਿਵਾਦ ਖੜ੍ਹੇ ਹੋਣਗੇ ਅਤੇ ਸਰਕਾਰ ਕਬਜ਼ਾ ਲੈ ਕੇ ਕਿਸੇ ਹੋਰ ਨੂੰ ਜ਼ਮੀਨ ਦੇ ਦੇਵੇ ਅਤੇ ਜਿਹੜਾ ਕਬਜ਼ਾ ਉਹ ਕਿਵੇਂ ਛੱਡੂਗਾ, ਮਾਲਕ ਕਿਵੇਂ ਛੱਡੂਗਾ? ਲੋ ਜਿਨ੍ਹਾਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਇਹ ਚੌਥੀ ਚੌਥੀ ਤਾਂ ਵਿਕੀਆਂ ਹੋਈਆਂ ਜ਼ਮੀਨਾਂ ਨੇ, ਇਹ ਤਾਂ ਮੈਂ ਸਮਝਦਾ ਇੱਕ ਅਰਾਜਕਤਾ ਦਾ ਮਾਹੌਲ ਬਣੇਗਾ, ਲੜਾਈ ਝਗੜੇ ਵਿਵਾਦ ਖੜ੍ਹੇ ਹੋਣਗੇ, ਕਾਨੂੰਨੀ ਚੱਕਰਾਂ 'ਚ ਲੋਕ ਫਸਣਗੇ,
ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ। ਇਹ ਜ਼ਮੀਨਾਂ ਨਾਲ ਇਹ ਮੁਫ਼ਤ ਨਹੀਂ ਮਿਲੀਆਂ, ਇਹ ਜ਼ਮੀਨਾਂ ਤਾਂ ਲੋਕਾਂ ਨੇ ਆਬਾਦ ਕੀਤੀਆਂ ਨੇ, ਜੰਗਲ ਤੋੜੇ ਨੇ, ਟਿੱਬੇ ਪੱਧਰ ਕੀਤੇ ਨੇ, ਹੱਡ ਭਰਮੀ ਕਮਾਈ ਕਰਕੇ ਤਾਂ ਇਹ ਜ਼ਮੀਨਾਂ ਫਰਟਾਈਲ ਬਣੀਆਂ ਨੇ। ਅੱਜ ਉਪਜਾਊ ਬਣੀਆਂ ਜ਼ਮੀਨਾਂ ਮਤਲਬ ਲੋਕਾਂ ਨੇ ਖਰਚ ਕਰਕੇ ਮਿਹਨਤ ਕਰਕੇ ਬਣਾਈਆਂ ਜ਼ਮੀਨਾਂ, ਅੱਜ ਪੰਜਾਬ ਸਰਕਾਰ ਜਿਹੜੀ ਉਹਦੀ ਮਾਲਕ ਬਣ ਕੇ ਬਹਿ ਜੇ, ਇਹ ਤਾਂ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਸਰਕਾਰ ਨੂੰ ਅਸਲੀਅਤ ਦੇਖਣੀ ਚਾਹੀਦੀ ਆ। ਜਿਹੜੀਆਂ ਅਦਾਲਤਾਂ ਨੇ ਉਹ ਤਾਂ ਟੈਕਨੀਕਲ ਕਲਟੀ ਦੇਖਦੀਆਂ ਨੇ, ਟੈਕਨੀਕਲਟੀ ਦੇਖ ਕੇ ਜਾਂ ਮਤਲਬ ਉਹਦੀ ਮੈਰਿਟ ਦੇਖ ਕੇ ਫੈਸਲੇ ਨਹੀਂ ਹੁੰਦੇ। ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ ਜਿਹੜੇ ਨੁਮਾਇੰਦੇ ਹੁੰਦੇ ਨੇ ਉਹ ਪ੍ਰੈਕਟੀਕਲ ਗੱਲਾਂ ਦੇਖਦੇ ਨੇ, ਪ੍ਰੈਕਟੀਕਲ ਅਸਲੀਅਤ ਦੇਖਦੇ ਨੇ। ਅਤੇ ਪ੍ਰੈਕਟੀਕਲ ਇਹ ਆ ਵੀ ਇਹ ਜ਼ਮੀਨਾਂ ਦੇ ਮਾਲਕ ਨੇ ਲੋਕ, ਇਹ ਤਾਂ ਇੱਕ ਸਾਂਝੀ ਖੇਤੀ 'ਚ ਰੱਖ ਲਈਆਂ ਮਾਲਕਾਂ ਨੇ ਆਪਣੇ ਹਿੱਸੇ ਬੰਨੀਆਂ ਜ਼ਮੀਨਾਂ, ਜਦੋਂ ਸਾਂਝੇ ਮੰਤਵ ਲਈ ਨਾ ਵਰਤੀਆਂ ਗਈਆਂ ਆਪਸੀ ਸਹਿਮਤੀ ਨਾਲ ਉਹਨਾਂ ਨੇ ਫਿਰ ਆਪਣੇ ਆਪਣੇ ਹਿੱਸੇ ਦੀਆਂ ਵਾਪਸ ਆਪਣੇ ਕੋਲ ਲੈ ਲਈਆਂ। ਜਿਹਦੀ ਚੀਜ਼ ਆ ਉਹ ਆਪਣੀ ਚੀਜ਼ ਵਾਪਸ ਲੈ ਸਕਦਾ, ਮਾਲਕ ਆਪਣੀ ਚੀਜ਼ ਵਾਪਸ ਨਹੀਂ ਲਏਗਾ, ਹੋਰ ਕੌਣ ਲਏਗਾ। ਸੋ ਇਸ ਕਰਕੇ ਸਰਕਾਰ ਇਹ ਧੱਕਾ ਕਰ ਰਹੀ ਆ ਔਰ ਇਹਦੇ ਨਾਲ ਪੰਜਾਬ ਦਾ ਮਾਹੌਲ ਬੜਾ ਖਰਾਬ ਹੋਇਆ। ਮੈਨੂੰ ਬੜਾ ਅਫਸੋਸ ਆ ਕਿ ਜਿਵੇਂ ਕਹਿੰਦੇ ਨਾ ਵੀ ਰੋਮ ਸੜ ਰਿਹਾ, ਨੀਰੋ ਬਰਸਰੀ ਵਜਾ ਰਿਹਾ, ਪੰਜਾਬ ਬਲਦਾ ਪਿਆ, ਪੰਜਾਬ ਤਪਦਾ ਪਿਆ, ਪੰਜਾਬ ਸਹਿਮਿਆ ਪਿਆ, ਪੰਜਾਬ ਭੈ ਭੀਤ ਹੋਇਆ ਪਿਆ, ਪੰਜਾਬ 'ਚ ਦਿਨ ਦਿਹਾੜੇ ਕਤਲ ਹੋ ਰਹੇ ਨੇ, ਡਕੈਤੀਆਂ ਹੋ ਰਹੀਆਂ ਨੇ, ਫਰੌਤੀਆਂ ਹੋ ਰਹੀਆਂ ਨੇ, ਜਿਉਣਾ ਲੋਕਾਂ ਦਾ ਦੁੱਬਰ ਹੋਇਆ ਵਾ, ਜਾਨ ਮਾਲ ਨੂੰ ਖਤਰਾ ਬਣਿਆ ਖੜਾ, ਘਰਾਂ ਖੇਤਾਂ 'ਚੋਂ ਲੋਕਾਂ ਦੇ ਫਸਲਾਂ ਉਜਾੜੀਆਂ ਜਾ ਰਹੀਆਂ ਨੇ ਔਰ ਡੇਰਿਆਂ 'ਚੋਂ ਪਸ਼ੂ ਖੋਲ੍ਹੇ ਜਾ ਰਹੇ ਨੇ, ਚੋਰੀਆਂ ਹੋ ਰਹੀਆਂ ਨੇ, ਮਤਲਬ ਮਾਰ ਧਾੜ ਹੋ ਰਹੀ ਆ। ਐਸੇ ਹਾਲਾਤਾਂ ਨੂੰ ਮਤਲਬ ਇੱਕ ਨੋਰਮਲ ਕਹਿਣਾ ਮੁੱਖ ਮੰਤਰੀ ਸਾਹਿਬ ਵੱਲੋਂ, ਜਾਂ ਇਹ ਕਹਿ ਦੇਣਾ ਵੀ ਫਲਾਣੇ ਸੂਬੇ 'ਚ ਵੀ, ਬਿਹਾਰ 'ਚ ਵੀ ਹੁੰਦੇ ਆ, ਵੀ ਜੇ ਬਿਹਾਰ 'ਚ ਹੁੰਦੇ ਤਾਂ ਪੰਜਾਬ 'ਚ ਜ਼ਰੂਰੀ ਨਹੀਂ ਕਰਾਉਣੇ, ਜਾਂ ਇਹ ਕਹਿਣਾ ਵੀ ਫਲਾਣੀ ਸਰਕਾਰ 'ਚ ਵੀ ਹੁੰਦੇ ਸੀ, ਫਿਰ ਜੇ ਤੁਹਾਡੀ ਸਰਕਾਰ ਆਈ ਆ ਤੁਸੀਂ ਕੀ ਕਰ ਰਹੇ ਹੋ। ਇਹ ਗੱਲ ਜਵਾਬਦੇਹੀ ਲੋਕ ਮੰਗਦੇ ਨੇ ਪੰਜਾਬ ਦੇ, ਅਤੇ ਕਿਸੇ 'ਤੇ ਦੋਸ਼ ਦੇ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ। ਨਾਲੇ ਮੁੱਖ ਮੰਤਰੀ ਸਾਹਿਬ ਦੇ ਆ, ਮੈਂ ਸਮਝਦਾ ਨਲਾਇਕੀਆਂ ਲਾ ਲਓ, ਲਾਪਰਵਾਹੀ ਲਾ ਲਓ, ਅਣਜਾਣਪਣਾ ਲਾ ਲਓ, ਉਹਨਾਂ ਦੀ ਗੈਰ ਹਾਜ਼ਰੀ ਲਾ ਲਓ, ਮਤਲਬ ਆਪ ਤਾਂ ਅੱਧੀ ਬਾਜ਼ਾਰ ਤਾਂ ਗੁਜਰਾਤ 'ਚ ਲੈ ਕੇ ਬੈਠੇ ਨੇ, ਅਤੇ ਉਹਦਾ ਫਾਇਦਾ ਕੇਂਦਰ ਉਠਾ ਰਿਹਾ। ਕੇਂਦਰੀ ਗ੍ਰਹਿ ਮੰਤਰੀ ਵੱਲੋਂ ਮਤਲਬ ਇਹ ਬਿਆਨ ਦੇਣਾ ਕਿ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਨੇ, ਉਹਦੇ ਬੜੇ ਵੱਡੇ ਅਰਥ ਨੇ। ਮੈਂ ਸਮਝਦਾ ਜੇ ਇਹੀ ਹਾਲਾਤ ਰਹੇ ਕਿਸੇ ਟਾਈਮ ਵੀ ਗਵਰਨਰੀ ਰਾਜ ਹੋ ਸਕਦਾ ਔਰ ਬੜੀ ਬਦਕਿਸਮਤੀ ਹੋਏਗੀ। ਜਿਹੜੇ ਪੰਜਾਬ ਦੇ ਵਿੱਚ ਸੂਬਿਆਂ ਦੇ ਵੱਧ ਅਧਿਕਾਰ ਦੀ ਗੱਲ ਸਭ ਤੋਂ ਪਹਿਲਾਂ ਚੱਲੀ, ਜਿਹੜੇ ਪੰਜਾਬ ਦੇ ਵਿੱਚ ਸੰਘੀ ਢਾਂਚੇ ਦੀ ਮਜ਼ਬੂਤੀ ਲਈ ਸੰਘਰਸ਼ ਲੜੇ ਗਏ, ਜਿਹੜੇ ਪੰਜਾਬ ਨੇ ਧਾਰਾ 356 ਦਾ ਡਟ ਕੇ ਵਿਰੋਧ ਕੀਤਾ, ਅੱਜ ਉਸ ਪੰਜਾਬ ਦੇ ਵਿੱਚ ਲੋਕਾਂ ਦੀ ਚੁਣੀ ਹੋਈ ਸਰਕਾਰ ਦੀਆਂ ਕਮਜ਼ੋਰੀਆਂ, ਨਲਾਇਕੀਆਂ, ਅਣਜਾਣਪੁਣੇ ਦਾ ਫਾਇਦਾ ਉਠਾ ਕੇ ਕੇਂਦਰ ਜੇ ਗਵਰਨਰੀ ਰਾਜ ਲਾਗੂ ਕਰਨ ਲਈ ਮਜਬੂਰ ਹੋਏਗਾ ਤਾਂ ਬਦਕਿਸਮਤੀ ਹੋਏਗੀ ਪੰਜਾਬ ਦੀ, ਅਤੇ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ। ਔਰ ਮੈਂ ਸਮਝਦਾ ਅੱਜ ਇਹੋ ਜਿਹੇ ਹਾਲਾਤ ਨੇ ਪੰਜਾਬ ਦੇ ਬੜੇ ਨਾਜ਼ੁਕ ਨੇ, ਔਰ ਜਿਵੇਂ ਕਹਿੰਦੇ ਚੱਲ ਰਾਣੀ ਤੇਰਾ ਰੱਬ ਰਾਖਾ, ਉਹ ਹਾਲਤ ਅੱਜ ਪੰਜਾਬ ਦੇ ਬਣੇ ਖੜੇ ਨੇ। ਦੇਖੋ ਭਾਵੇਂ ਤਾਂ ਪੰਜਾਬ ਸਰਕਾਰ ਜਿਹੜੀ ਆ ਮਾਨ ਸਾਹਿਬ ਦੀ, ਇਹਨੇ ਧੋਖਾ ਤਾਂ ਸਾਰਿਆਂ ਨਾਲ ਕੀਤਾ, ਬੀਬੀਆਂ ਨਾਲ ਧੋਖਾ ਨਹੀਂ ਕੀਤਾ ਵੀ 1000 ਰੁਪਇਆ ਕਿਹਾ ਤੇ ਹੁਣ ਮੁੱਕਰੇ ਗਏ, ਬੋਲੇ ਨਹੀਂ ਰਹੇ। ਨੌਜਵਾਨਾਂ ਨਾਲ ਵੀ ਧੋਖਾ ਕੀਤਾ, ਮੁਲਾਜ਼ਮਾਂ ਨਾਲ ਵੀ ਧੋਖਾ ਕੀਤਾ, ਹਰ ਵਰਗ ਨਾਲ ਧੋਖਾ ਕੀਤਾ, ਪਰ ਕਿਸਾਨਾਂ ਨਾਲ ਤਾਂ ਹੱਦੋਂ ਵੱਧ ਧੋਖਾ ਕੀਤਾ। ਹੁਣ ਜਿਹੜੀ ਪਾਰਟੀ ਧਰਨਿਆਂ 'ਚੋਂ ਪੈਦਾ ਹੋਈ ਆ, ਜਿਹੜੀ ਪਾਰਟੀ ਨੂੰ ਜੀਵਨ ਧਰਨਿਆਂ ਨੇ ਦਿੱਤਾ, ਸਤਾ ਹੀ ਧਰਨਿਆਂ ਨੇ ਦਿੱਤੀ ਆ, ਅੱਜ ਉਸ ਪਾਰਟੀ ਦਾ ਮੁਖੀ ਜਿਹੜਾ ਧਰਨਿਆਂ ਨੂੰ ਸ਼ੌਂਕ ਕਹੇ, ਧਰਨਿਆਂ ਨੂੰ ਪੈਸੇ ਇਕੱਠੇ ਕਰਨ ਦਾ ਸਾਧਨ ਕਹੇ, ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਆ? ਇਹ ਤਾਂ ਕਿਸਾਨਾਂ ਲਈ ਇੱਕ ਵੰਗਾਰ ਆ, ਇਹ ਤਾਂ ਲੋਕਾਂ ਲਈ ਇੱਕ ਵੰਗਾਰ ਆ। ਔਰ ਮੈਂ ਸਮਝਦਾ ਇਹ ਬਹੁਤ ਵੱਡਾ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਇੱਕ ਵੰਗਾਰ ਦੇ ਤੌਰ 'ਤੇ ਲੋਕਾਂ ਨੂੰ ਲਲਕਾਰਿਆ, ਔਰ ਲੋਕ ਕਦੇ ਪੰਜਾਬ ਦੇ ਬਰਦਾਸ਼ਤ ਨਹੀਂ ਕਰਨਗੇ, ਇਹਦਾ ਜਵਾਬ ਦੇਣਗੇ, ਇਹਦਾ ਖਮਿਆਜ਼ਾ ਮੁੱਖ ਮੰਤਰੀ ਸਾਹਿਬ ਨੂੰ ਭੁਗਤਣਾ ਪਏਗਾ, ਔਰ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ, ਆਪਣੀ ਸ਼ਬਦਾਵਲੀ ਵਾਪਸ ਲੈਣੀ ਚਾਹੀਦੀ ਆ। ਜਗਜੀਤ ਸਿੰਘ ਡੱਲੇਵਾਲ ਜੇ ਅੱਜ ਮਰਨ ਵਰਤੇ ਬੈਠੇ ਨੇ, ਉਹਦੇ ਕਾਰਨ ਨੇ ਕਿ ਗੱਲਾਂ ਤਾਂ ਬਹੁਤ ਕੀਤੀਆਂ ਸੀ, ਵਾਅਦੇ ਤਾਂ ਬੜੇ ਲੰਮੇ ਚੌੜੇ ਕੀਤੇ ਸੀ, ਚੁਟਕੀ ਮਾਰ ਕੇ ਕਹਿੰਦੇ ਸੀ ਆਹ ਵੀ ਹੋਜੂ, ਆਹ ਵੀ ਹੋਜੂ, ਆਹ ਵੀ ਹੋਜੂ, ਹੋਇਆ ਕੁਛ ਨਹੀਂ। ਅਤੇ ਹੁਣ ਲੋਕ ਜਵਾਬ ਮੰਗਦੇ ਨੇ, ਹੁਣ ਜਵਾਬਦੇਹੀ ਕਰਨੀ ਪਏਗੀ। ਪਹਿਲਾਂ ਤਾਂ ਜਵਾਬਦੇਹੀ ਹੁੰਦੀ ਨਹੀਂ ਸੀ, ਮਤਲਬ ਥੁੱਕਣਾ ਪਕੌੜੇ ਪਕਾ ਲਿਆ ਜਾਂਦੇ ਸੀ, ਅਤੇ ਹੁਣ ਜਦੋਂ ਕੁਛ ਕਰਨਾ ਪਊਗਾ, ਹੁਣ ਦੇਖਣਾ, ਹੁਣ ਅੱਗੇ ਪਿੱਛੇ ਧਾਕਦੇ ਨੇ। ਸੋ ਇਸ ਕਰਕੇ ਐਸੇ ਹਾਲਾਤਾਂ 'ਚ ਮਤਲਬ ਜੇ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਅਤੇ ਧਰਨਿਆਂ 'ਤੇ ਅੱਜ ਕਿਸਾਨ ਬੈਠੇ ਨੇ, ਉਹਦੇ ਲਈ ਮੈਂ ਸਮਝਦਾ ਪੰਜਾਬ ਸਰਕਾਰ ਦੀ ਜਿਹੜੀ ਲਾਪਰਵਾਹੀ ਆ ਔਰ ਜਿਹੜੀ ਲੋਕਾਂ ਨੂੰ ਵਾਅਦੇ ਕਰਕੇ ਮੁੱਕਰਨ ਦੀ ਰਵਾਇਤ ਆ, ਜਾਂ ਇਹ ਕਹਿ ਲਓ
ਕਿ ਬਿਲਕੁਲ ਚੁਟਕੀ ਨਾਲ, ਛੋਛੇਬਾਜ਼ੀ ਨਾਲ, ਡਰਾਮੇਬਾਜ਼ੀ ਨਾਲ ਕੰਮ ਸਾਰਨ ਦੀ ਨੀਤੀ ਆ, ਉਹਦਾ ਨਤੀਜਾ ਕਿ ਅੱਜ ਕਿਸਾਨ ਜਵਾਬ ਮੰਗ ਰਹੇ ਨੇ ਵੀ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰੋ, ਅਤੇ ਉਹਦਾ ਭੁਗਤਣਾ ਪੈ ਰਿਹਾ ਅੱਜ ਪੰਜਾਬ ਦੇ ਇਹ ਜਿਹੜਾ ਸਰਕਾਰ ਆ।